ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਸਾਰੇ ਆਪਣੇ ਦੇ ਨਾਲ ਰਾਜ਼ੀ ਖੁਸ਼ੀ ਹੋਵੋਗੇ। ਜਿਉਂ ਹੀ ਅਸੀਂ ਆਨਲਾਈਨ ਪ੍ਰੋਗਰਾਮਸ ਜਿਹੜੇ ਕਰਨੇ ਸ਼ੁਰੂ ਕੀਤੇ ਨੇ, ਤੇ ਬਹੁਤ ਸਾਰੀਆਂ ਜਿਹੜੀਆਂ ਐਪਸ ਨੇ ਅਸੀਂ ਉਹਨਾਂ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਐਪਸ ਸਾਡੀ ਬਹੁਤ ਮਦਦ ਕਰ ਰਹੀਆਂ ਨੇ, ਕਿਉਂਕਿ ਉਹ ਹੁਣ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣਦਾ ਜਾ ਰਿਹਾ ਔਨਲਾਈਨ ਐਜੂਕੇਸ਼ਨ ਜਿਹੜੀ ਹੈ, ਅਤੇ ਇਸ ਕਰਕੇ ਹਜੇ ਬਹੁਤ ਕੁਛ ਸਿੱਖਣਾ ਜਿਹੜਾ ਉਹ ਬਾਕੀ ਹੈ। ਅੱਜ ਅਸੀਂ ਜਿਸ ਟੋਪਿਕ ਦੇ ਉੱਪਰ ਗੱਲ ਕਰਾਂਗੇ ਉਹ ਹੈ ਗੂਗਲ ਸਲਾਈਡ। ਗੂਗਲ ਸਲਾਈਡ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈਗਾ ਜਿਹੜਾ ਕਿ ਗੂਗਲ ਵੱਲੋਂ ਬਣਾਇਆ ਗਿਆ ਹੈ। ਇਹਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਸਰਵਿਸਿਜ਼ ਹੈਗੀਆਂ ਨੇ, ਜਿਵੇਂ ਗੂਗਲ ਡੋਕਸ ਦੀ ਤੁਸੀਂ ਗੱਲ ਕਰ ਲਓ, ਜਾਂ ਗੂਗਲ ਸ਼ੀਟਸ ਦੀ ਗੱਲ ਕਰ ਲਓ, ਗੂਗਲ ਡਰਾਇੰਗਸ, ਗੂਗਲ ਫੋਰਮਸ, ਗੂਗਲ ਸਾਈਟਸ, ਇਹਦੇ ਨਾਲ ਰਲਦੀਆਂ ਮਿਲਦੀਆਂ ਜਿਹੜੀਆਂ ਐਪਸ ਉਹ ਹੈਗੀਆਂ ਨੇ ਕਿ ਜਦੋਂ ਵੀ ਅਸੀਂ ਕਿਤੇ ਬੇਸਿਕਲੀ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਆ ਉਹਦੇ ਵਾਸਤੇ ਅਸੀਂ ਸਲਾਈਡਸ ਬਣਾਉਂਦੇ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੂਗਲ ਸਲਾਈਡ ਕਿਵੇਂ ਬਣਾਈਆਂ ਜਾਂਦੀਆਂ ਨੇ ਜਾਂ ਕਿਵੇਂ ਅਸੀਂ ਪ੍ਰੈਜੈਂਟੇਸ਼ਨ ਜਿਹੜੀ ਉਹ ਦੇ ਸਕਦੇ ਹਾਂ ਉਹਨੂੰ ਸਿੱਖਣਾ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਪਣਾ ਲੈਪਟਾਪ ਔਨ ਕਰਦੇ ਹੋ ਜਾਂ ਇਹ ਜਿਹੜੀ ਗੂਗਲ ਸਲਾਈਡ ਹੈਗੀ ਆ ਇਹ ਈਜ਼ੀਲੀ ਜਿਹੜੀ ਆ ਅਵੇਲੇਬਲ ਤੁਹਾਨੂੰ ਹੋ ਜਾਂਦੀ ਹੈ, ਚਾਹੇ ਤੁਹਾਡਾ ਲੈਪਟਾਪ ਹੋਵੇ ਜਾਂ ਤੁਹਾਡੇ ਮੋਬਾਈਲ ਫੋਨਸ ਹੋਣ ਉਹਦੇ ਉੱਪਰ ਤੁਹਾਨੂੰ ਮਿਲ ਸਕਦੀ ਹੈ। ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਿਹੜੀ ਦਿੱਕਤ ਹੈਗੀ ਆ ਨਹੀਂ ਹੁੰਦੀ ਹੈਗੀ, ਈਜ਼ੀਲੀ ਤੁਸੀਂ ਉਹਨੂੰ ਕਰ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਤੁਸੀਂ ਗੂਗਲ ਦਾ ਜਿਵੇਂ ਆਪਣਾ ਬਰਾਊਜ਼ਰ ਖੋਲ੍ਹਦੇ ਹੋ ਉਹਦੇ ਉੱਪਰ ਤੁਸੀਂ ਟਾਈਪ ਕਰਦੇ ਹੋ ਗੂਗਲ ਸਲਾਈਡਸ, ਇਹਨੂੰ ਤੁਸੀਂ ਐਂਟਰ ਕੀਤਾ ਗੂਗਲ ਸਲਾਈਡਸ ਨੂੰ। ਸਭ ਤੋਂ ਉੱਪਰ ਜਿਹੜੀ ਸਾਈਟ ਆਈ ਹੈ www.google.com ਇਹਦੇ ਉੱਪਰ ਤੁਸੀਂ ਕਲਿੱਕ ਕਰਦੇ ਹੋ ਅਤੇ ਕੁਝ ਇਸ ਤਰੀਕੇ ਦਾ ਸਕਰੀਨ ਜਿਹੜੀ ਸਾਡੇ ਸਾਹਮਣੇ ਖੁੱਲ੍ਹ ਕੇ ਆਏਗੀ। ਇਹ ਵਾਲੀ ਜਿਹੜੀ ਹੈਗੀ ਹੈ ਗੂਗਲ ਵਰਕ ਪਲੇਸ ਜਿਹੜਾ ਹੈਗਾ ਬਿਜ਼ਨਸ, ਇਹ ਜੀ ਸੂਟ ਜਦੋਂ ਅਸੀਂ ਕਿਸੇ ਔਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹਾਂ ਅਤੇ ਅਸੀਂ ਉਸ ਉਹਨਾਂ ਦੇ ਜੀ ਸੂਟ ਨੂੰ ਯੂਜ਼ ਕਰਦੇ ਹਾਂ, ਵੱਡੇ ਪੱਧਰ ਦੇ ਉੱਪਰ ਜਦੋਂ ਅਸੀਂ ਕਰਨਾ ਹੁੰਦਾ ਇਹਨੂੰ ਕੰਮ। ਇੱਕ ਹੈਗਾ ਕਿ ਜੇ ਸਾਡਾ ਜਿਹੜਾ ਪਰਸਨਲ ਹੈ ਜਦੋਂ ਅਸੀਂ ਆਪਣੇ ਪਰਸਨਲ ਜੀਮੇਲ ਆਈਡੀ ਤੋਂ ਅਸੀਂ ਬਣਾਉਂਦੇ ਹੈਗੇ ਹਾਂ ਅਤੇ ਉਸ ਵੇਲੇ ਅਸੀਂ ਪਰਸਨਲ ਦੇ ਉੱਪਰ ਜਾਂਦੇ ਹਾਂ, ਗੋ ਟੂ ਗੂਗਲ ਸਲਾਈਡ ਇੱਥੇ ਕਲਿੱਕ ਕਰ ਲੈਂਦੇ ਸੀ। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਸਲਾਈਡ ਜਿਹੜੀਆਂ ਹੈਗੀਆਂ ਨੇ ਉਹ ਪਹਿਲਾਂ ਤੋਂ ਬਣੀਆਂ ਹੋਈਆਂ ਨੇ। ਮੈਨਿਊ ਦੇ ਵਿੱਚ ਡੋਕਸ, ਸ਼ੀਟਸ, ਸਲਾਈਡਸ, ਫੋਰਮਸ, ਸੈਟਿੰਗਸ ਵਗੈਰਾ ਇਹ ਸਾਰਾ ਕੁਛ ਹੈਗਾ। ਅਤੇ ਇੱਕ ਹੈ ਕਿ ਸਟਾਰਟ ਅ ਨਿਊ ਪ੍ਰੈਜੈਂਟੇਸ਼ਨ, ਇੱਕ ਇਹ ਹੈਗੇ ਨੇ। ਬਾਕੀ ਹੈਗੇ ਨੇ ਕਿ ਰੀਸੈਂਟ ਪ੍ਰੈਜੈਂਟੇਸ਼ਨ ਜਿਹੜੀਆਂ ਨੇ ਜਾਂ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਪਈਆਂ ਨੇ ਤੁਸੀਂ ਗੈਲਰੀ ਦੇਖ ਸਕਦੇ ਹੋ। ਬਹੁਤ ਅਲੱਗ ਅਲੱਗ ਜਿਹੜੇ ਵਿਸ਼ਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਸਲਾਈਡਸ ਨੇ ਉਹ ਪਈਆਂ ਨੇ, ਸਾਰੀਆਂ ਹੈਗੀਆਂ ਨੇ। ਤੁਸੀਂ ਇਹਨਾਂ ਦੇ ਵਿੱਚੋਂ ਵੀ ਜਿਹੜੀਆਂ ਸਲਾਈਡ ਲੈ ਕੇ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਤਿਆਰ ਕਰ ਸਕਦੇ ਹੋ। ਇੱਕ ਤਾਂ ਇਸ ਤਰੀਕੇ ਨਾਲ ਹੋਏਗਾ, ਦੂਸਰੀ ਆਪਸ਼ਨ ਜਿਹੜੀ ਹੁੰਦੀ ਆ ਕਿ ਤੁਸੀਂ ਆਪਣਾ ਜਦੋਂ ਜੀਮੇਲ ਅਕਾਊਂਟ ਖੋਲ੍ਹਦੇ ਹੋ, ਜੋ ਵੀ ਤੁਹਾਡਾ ਜੀਮੇਲ ਅਕਾਊਂਟ ਹੈ ਉਹਦੇ ਵਿੱਚ ਸੱਜੇ ਹੱਥ ਇਹ 9 ਬਿੰਦੂ ਬਣੇ ਹੁੰਦੇ ਨੇ ਜਿਹੜੇ ਕਿ ਗੂਗਲ ਐਪਸ ਦਾ ਇੰਡੀਕੇਸ਼ਨ ਹੈਗਾ। ਇਹਦੇ ਉੱਪਰ ਵੀ ਅਸੀਂ ਕਲਿੱਕ ਕਰਦੇ ਹਾਂ ਜਦੋਂ, ਅਤੇ ਸਾਡੇ ਇਹਦੇ ਵਿੱਚ ਡਰਾਈਵ ਹੈ। ਡਰਾਈਵ ਦਾ ਇੱਕ ਇਸ ਤਰ੍ਹਾਂ ਦਾ ਟ੍ਰਾਇੰਗਲ ਜਿਹੜਾ ਉਹ ਬਣਿਆ ਹੁੰਦਾ, ਜਦੋਂ ਅਸੀਂ ਇਹਦੇ ਉੱਪਰ ਕਲਿੱਕ ਕਰਦੇ ਹਾਂ ਅਤੇ ਇਹਦੇ ਵਿੱਚ ਵੀ ਇਹਦੇ ਦੁਆਰਾ ਵੀ ਜਿਹੜਾ ਅਸੀਂ ਹੈਗਾ ਉਹ ਗੂਗਲ ਸਲਾਈਡ ਦੇ ਉੱਪਰ ਜਾ ਸਕਦੇ ਹਾਂ, ਇੱਥੋਂ ਵੀ ਅਸੀਂ ਖੋਲ ਸਕਦੇ ਹਾਂ। ਨੈਟਵਰਕ ਜਿਹੜੇ ਨੇ ਅੱਜ ਕੱਲ੍ਹ ਥੋੜ੍ਹਾ ਪਰੇਸ਼ਾਨ ਕਰਦੇ ਨੇ, ਸੋ ਇਹ ਜਿਹੜੀ ਆ ਮੇਰਾ ਆਪਣਾ ਜਿਹੜਾ ਖੋਲ੍ਹਿਆ ਉਹ ਆ ਗਿਆ। ਇਹਦੇ ਵਿੱਚ ਤੁਸੀਂ ਨਿਊ ਦੇ ਉੱਪਰ ਜਾਓਗੇ, ਜਿਵੇਂ ਨਿਊ ਦੇ ਉੱਪਰ ਜਾਂਦੇ ਹੋ ਫਾਈਲ ਫੋਲਡਰ ਫੋਲਡਰ ਅਪਲੋਡਡ ਅਤੇ ਮੋਰ ਦੇ ਵਿੱਚ ਜਦੋਂ ਤੁਸੀਂ ਜਾਂਦੇ ਹਾਂ ਕਨੈਕਟ ਮੋਰ ਐਪਸ ਜਿਹੜੀਆਂ ਆ ਜਾਂਦੀਆਂ ਨੇ, ਇਹਦੇ ਕੋਲ ਇੱਥੇ ਖੁੱਲ੍ਹ ਗਿਆ ਗੂਗਲ ਸਲਾਈਡਸ। ਗੂਗਲ ਸਲਾਈਡ
ਖੁੱਲਦੇ ਸਾਰੀ ਇੱਕ ਤੇ ਬਲੈਂਕ ਪ੍ਰੈਜੈਂਟੇਸ਼ਨ ਆਏਗੀ, ਇੱਕ ਫਰਮ ਟੈਂਪਲੇਟ। ਤੁਸੀਂ ਕਿਹੜੀ ਲੈਣਾ ਚਾਹੁੰਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਲੈ ਸਕਦੇ ਹੋ। ਬਲੈਂਕ ਪ੍ਰੈਜੈਂਟੇਸ਼ਨ ਹੈਗੀ ਹੈ ਤੇ ਤੁਸੀਂ ਇਹ ਵਾਲੀ ਵੀ ਲੈ ਸਕਦੇ ਹੋ। ਸੋ ਜਿਵੇਂ ਬਲੈਕ ਪ੍ਰੈਜੈਂਟੇਸ਼ਨ ਅਸੀਂ ਖੋਲ੍ਹਦੇ ਹਾਂ, ਇਹ ਸਾਡਾ ਸਭ ਤੋਂ ਪਹਿਲਾਂ ਇਸ ਤਰੀਕੇ ਦਾ ਇੱਕ ਖੁੱਲ੍ਹ ਕੇ ਸਾਡੇ ਸਾਹਮਣੇ ਵਿੰਡੋ ਆਏਗੀ। ਦੇਖੋ ਇਸ ਤਰੀਕੇ ਦੀ ਖੁੱਲ੍ਹ ਕੇ ਆ ਜਾਏਗੀ। ਹੁਣ ਇਹਦੇ ਵਿੱਚ ਬਹੁਤ ਸਾਰੇ ਵਿਕਲਪ ਹੈਗੇ ਨੇ। ਸਭ ਤੋਂ ਪਹਿਲਾਂ ਉੱਪਰ ਇਹ ਬਿਲਕੁਲ ਐਵੇਂ ਲੱਗਦੀ ਹੈ ਜਿਵੇਂ ਆਪਾਂ ਵਰਡ ਦੇ ਵਿੱਚ ਕੰਮ ਕਰਦੇ ਹਾਂ, ਮਾਈਕਰੋਸੋਫਟ ਵਰਡ ਦੇ ਵਿੱਚ ਨਾ, ਉਹਦੇ ਨਾਲ ਮਿਲਦੀ ਜੁਲਦੀ ਕਾਫੀ ਸਾਰੀ ਚੀਜ਼ ਜਿਹੜੀ ਹੈ ਇਹਦੇ ਵਿੱਚ ਹੈਗੀ ਹੈ। ਫਾਈਲ ਹੈ, ਫਾਈਲ ਨੂੰ ਖੋਲੋਗੇ ਤੁਸੀਂ ਤੇ ਇਹਦੇ ਵਿੱਚ ਬਹੁਤ ਸਾਰੇ ਵਿਕਲਪ ਜਿਹੜੇ ਨੇ ਆ ਜਾਣਗੇ ਜਿਹੜੇ ਆਪਾਂ ਇਸਤੇਮਾਲ ਕਰਾਂਗੇ ਬਾਅਦ ਦੇ ਵਿੱਚ ਦੇਖੋਗੇ ਤੁਸੀਂ। ਉਸ ਤੋਂ ਬਾਅਦ ਐਡਿਟ ਆਉਂਦਾ ਆ, ਐਡਿਟ ਦੇ ਵਿੱਚ ਹੋ ਜਾਂਦੇ ਨੇ, ਵਿਊ ਕਰਨਾ ਚਾਹੁੰਦੇ ਹੋ, ਇਨਸਰਟ ਦਾ ਜਿਹੜਾ ਹੈਗਾ ਕੀ ਕੁਛ ਇਨਸਰਟ ਕਰ ਸਕਦੇ ਹੋ, ਫਾਰਮੈਟ ਕਿਸ ਤਰੀਕੇ ਦਾ, ਸਲਾਈਡਸ ਜਿਹੜੀਆਂ ਹੈਗੀਆਂ ਨੇ, ਸਲਾਈਡ ਤੁਸੀਂ ਨਵੀਂ ਸਲਾਈਡ ਲੈਣੀ ਹੈ ਜਾਂ ਡੁਪਲੀਕੇਟ, ਉਹ ਸਾਰਾ ਆਪਾਂ ਇਹਦੇ ਵਿੱਚ ਸਿੱਖਾਂਗੇ ਕਿ ਕਿਸ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਫਰਜ਼ ਕਰ ਲਓ ਹੁਣ ਜਿਹੜੀ ਪਹਿਲੀ ਸਲਾਈਡ ਹੈਗੀ ਹੈ ਇਹ ਵਾਲੀ, ਹੁਣ ਜਦੋਂ ਇਹ ਸਲਾਈਡ ਲੈਂਦੀ ਤਾਂ ਇਹਦੇ ਉੱਪਰ ਲਿਖਿਆ ਕਿ ਕਲਿੱਕ ਟੂ ਐਡ ਟਾਈਟਲ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ। ਹੁਣ ਇੱਕ ਚੀਜ਼ ਇਹਦੇ ਵਿੱਚ ਇਹ ਦੇਖਣਾ ਕਿ ਇੱਕ ਤਾਂ ਥੀਮਸ ਦੇ ਵਿੱਚ ਜਦੋਂ ਅਸੀਂ ਦੱਸਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਆਹ ਵਾਲੇ ਥੀਮ ਜਿਹੜੇ ਨੇ ਇਹ ਪਏ ਨੇ, ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਲੈ ਸਕਦੇ ਹੋ। ਕਿਸ ਤਰੀਕੇ ਦਾ ਜਿਹੜਾ ਥੀਮ ਉਹ ਤੁਸੀਂ ਲੈਣਾ ਚਾਹੁੰਦੇ ਹੋ, ਆਹ ਵਾਲੀਆਂ ਸਾਰੀਆਂ ਹੈਗੀਆਂ ਨੇ, ਇਹਨਾਂ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ। ਦੂਸਰਾ ਇਹਦੇ ਅੰਦਰ ਜਿਹੜੀ ਸਭ ਤੋਂ ਅਹਿਮ ਚੀਜ਼ ਆ